ਤੁਸੀਂ ਦੇਖ ਰਹੇ ਹੋ ਤੇ ਟੀਵੀ ਐਨਆਰਆਈ ਤੇ ਮੈਂ ਤੁਹਾਡੇ ਨਾਲ ਰੰਜਨਾ ਸ਼ਰਮਾ ਤੁਹਾਨੂੰ ਦੱਸ ਦਿੰਦੇ ਆ ਕਿ ਸੂਰਤ ਸਿੰਘ ਖਾਲਸਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਸੀ ਤਾਂ ਹਸਪਤਾਲ ਵਿੱਚ ਲੁਧਿਆਣਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੁੰਦਾ ਤਾਂ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਹੰਗਾਮਾ ਹੁੰਦਾ ਹੈ ਹੰਗਾਮਾ ਹੋਣ ਦਾ ਕਾਰਨ ਕੀ ਸੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਨਿਹੰਗ ਸਿੰਘ ਸਿੱਖ ਜਥੇਬੰਦੀਆਂ ਦੇ ਕੁਝ ਲੋਕ ਜਿਹੜੇ ਨੇ ਹਸਪਤਾਲ 'ਚ ਜਾਂਦੇ ਨੇ ਤੇ ਸੂਰਤ ਸਿੰਘ ਨੂੰ ਹਸਪਤਾਲ ਤੋਂ ਲੈ ਕੇ ਜਾਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਮੋਰਚੇ ਤੇ ਲੈ ਕੇ ਜਾਣਾ ਹੁੰਦਾ ਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਸਿੱਖ ਜਥੇਬੰਦੀਆਂ ਦੇ ਜਿਹੜੇ ਉੱਥੇ ਸਮਰਥਕ ਹੁੰਦੇ ਨੇ ਸਿੱਖ ਜਥੇਬੰਦੀਆਂ ਦੇ ਲੋਕ ਹੁੰਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸੂਰਤ ਸਿੰਘ ਨੂੰ ਅਸੀਂ ਨਾਲ ਲੈ ਕੇ ਜਾਵਾਂਗੇ ਸੂਰਤ ਸਿੰਘ ਖਾਲਸਾ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਹੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਭੱਖਦਾ ਹੈ ਮਾਹੌਲ ਭੱਖਣ ਦਾ ਕਾਰਨ ਇਹ ਸੀ ਕਿ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦ ਤੱਕ ਫਿਟਨੈਸ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸੂਰਤ ਸਿੰਘ ਖਾਲਸਾ ਹਸਪਤਾਲ ਤੋਂ ਬਾਹਰ ਨਹੀਂ ਜਾ ਸਕਦੇ 4-5 ਘੰਟੇ ਤੱਕ ਜਿਹੜਾ ਲਗਾਤਾਰ ਮਾਹੌਲ ਭੱਖਦਾ ਹੋਇਆ ਤੇ ਮਾਹੌਲ ਵੀ ਜਿਹੜਾ ਕਾਫੀ ਜ਼ਿਆਦਾ ਝੜਪ ਹੁੰਦੀ ਹੋਈ ਨਜ਼ਰ ਆਉਂਦੀ ਹੈ ਕਾਫੀ ਵੱਡੀ ਗਿਣਤੀ 'ਚ ਸਿੱਖ ਜਥੇਬੰਦੀਆਂ ਦੇ ਲੋਕ ਜਿਹੜੇ ਨੇ ਮੌਜੂਦ ਹੁੰਦੇ ਨੇ ਹਸਪਤਾਲ 'ਚ ਇੰਨਾ ਹੀ ਨਹੀਂ ਕਾਫੀ ਲੰਬੇ ਸਮੇਂ ਤੱਕ ਜਿਹੜਾ ਹੈ ਬਹਿਸਬਾਜ਼ੀ ਹੁੰਦੀ ਹੈ ਉੱਥੇ ਡਾਕਟਰਾਂ ਦੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਸਿਹਤ ਜਿਹੜੀ ਉਹਨਾਂ ਦੀ ਜ਼ਰੂਰੀ ਹੈ ਲੇਕਿਨ ਉੱਥੇ ਜਿਹੜਾ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਸੂਰਤ ਸਿੰਘ ਖਾਲਸਾ ਨੂੰ ਨਾਲ ਲੈ ਕੇ ਜਾਇਆ ਜਾਵੇਗਾ ਲੇਕਿਨ ਡਾਕਟਰ ਇਸ ਗੱਲ ਤੋਂ ਇਨਕਾਰ ਕਰ ਰਹੇ ਸੀ ਮਾਹੌਲ ਇੰਨਾ ਜ਼ਿਆਦਾ ਭੱਖਦਾ ਹੈ ਕਿ ਕਾਫੀ ਜ਼ਿਆਦਾ ਮੌਕੇ 'ਤੇ ਮੌਜੂਦ ਜਿਹੜੇ ਉੱਥੇ ਲੋਕ ਹੁੰਦੇ ਨੇ ਜਿਹਨਾਂ ਨੂੰ ਇਲਾਜ ਵਾਸਤੇ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਤੋਂ ਬਾਹਰ ਜਿਹੜਾ ਖੜਾ ਕੀਤਾ ਜਾਂਦਾ ਤਾਂ ਜੋ ਹਸਪਤਾਲ 'ਚ ਮਾਹੌਲ ਖਰਾਬ ਹੋ ਰਿਹਾ ਤਾਂ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਸੱਟ ਨਾ ਲੱਗ ਜਾਵੇ ਜਾਂ ਫਿਰ ਕੋਈ ਮਾਹੌਲ ਖਰਾਬ ਹੋਣ ਦਾ ਵਿੱਚ ਸ਼ਿਕਾਰ ਨਾ ਹੋ ਜਾਵੇ ਲੇਕਿਨ ਤਸਵੀਰਾਂ ਕੁਝ ਅਜਿਹੀਆਂ ਵੀ ਸਾਹਮਣੇ ਆਈਆਂ ਕਿ ਗੇਟ ਵੀ ਬੰਦ ਕਰ ਦਿੱਤੇ ਗਏ ਸੀ ਹਸਪਤਾਲ ਦੇ ਤਾਂ ਜੋ ਕੋਈ ਅੰਦਰ ਨਾ ਆ ਸਕੇ ਔਰ ਬਾਹਰ ਵੀ ਨਾ ਜਾ ਸਕੇ ਤੇ ਗੇਟ ਬੰਦ ਕੀਤੇ ਗਏ ਲੇਕਿਨ ਕਈ ਲੋਕ ਜਿਹੜੇ ਨੇ ਗੇਟ ਟੱਪ ਕੇ ਅੰਦਰ ਜਾਂਦੇ ਹੋਏ ਵੀ ਨਜ਼ਰ ਆਏ ਹਾਲਾਂਕਿ ਵੱਡੀ ਗਿਣਤੀ 'ਚ ਪੁਲਿਸ ਵੀ ਤੈਨਾਤ ਕਰ ਦਿੱਤੀ ਗਈ ਜਿਵੇਂ ਹੀ ਪੁਲਿਸ ਨੂੰ ਇਸ ਮੌਕੇ ਦੀ ਜਾਣਕਾਰੀ ਦਿੱਤੀ ਗਈ ਕਿ ਮਾਹੌਲ ਜਿਹੜਾ ਲੁਧਿਆਣਾ ਦੇ ਹਸਪਤਾਲ ਦਾ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਤਾਂ ਉਹਨਾਂ ਦੇ ਵੱਲੋਂ ਪੁਲਿਸ ਵੱਲੋਂ ਵੱਡੀ ਫੋਰਸ ਜਿਹੜੀ ਹੈ ਹਸਪਤਾਲ 'ਚ ਤੈਨਾਤ ਕੀਤੀ ਗਈ ਤਾਂ ਜੋ ਮੌਕੇ ਨੂੰ ਸੰਭਾਲਿਆ ਜਾ ਸਕੇ ਕਿਸੇ ਤਰੀਕੇ ਦੀ ਅਣਹੋਣੀ ਜਿਹੜੀ ਹੈ ਹਸਪਤਾਲ ਦੇ ਵਿੱਚ ਨਾ ਹੋਵੇ ਲੇਕਿਨ ਸੂਰਤ ਸਿੰਘ ਖਾਲਸਾ ਨੂੰ ਮੋਰਚੇ 'ਤੇ ਲੈ ਕੇ ਜਾਣ ਵਾਸਤੇ ਸਿੱਖ ਜਥੇਬੰਦੀਆਂ ਜਿਹੜੀਆਂ ਕਾਫੀ ਲੰਬੇ ਸਮੇਂ ਤੱਕ ਅੜੀਆਂ ਰਹੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅਸੀਂ ਨਾਲ ਹੀ ਲੈ ਕੇ ਜਾਣਾ ਤਾਂ ਪੂਰੇ ਤਰੀਕੇ ਦੇ ਨਾਲ ਹਸਪਤਾਲ 'ਚ ਹਫੜਾ ਤਫੜੀ ਮੱਚ ਜਾਂਦੀ ਹੈ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਹਸਪਤਾਲ ਪੂਰੇ ਤਰੀਕੇ ਦੇ ਨਾਲ ਛਾਉਣੀ 'ਚ ਤਬਦੀਲ ਹੋ ਜਾਂਦਾ ਇਸ ਦੇ ਨਾਲ ਹੀ ਪੁਲਿਸ ਨੇ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਤੋਂ ਸੂਰਤ ਸਿੰਘ ਖਾਲਸਾ ਨੂੰ ਲੈ ਕੇ ਜਾਣ ਦੀ ਜਿਹੜੀ ਵਾਪਸ ਉਹਨਾਂ ਨੇ ਕਮਰੇ ਵਿੱਚ ਲੈ ਗਏ ਤਾਂ ਪੁਲਿਸ ਜਿਹੜੀ ਹੈ ਵਾਪਸ ਉਹਨਾਂ ਨੂੰ ਕਮਰੇ ਵਿੱਚ ਲੈ ਕੇ ਜਾਂਦੀ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੁੰਦਾ ਲੇਕਿਨ ਸਿੱਖ ਜਥੇਬੰਦੀ ਜਿਹੜੇ ਨੇ ਉਹਨਾਂ ਨੇ ਨੁਮਾਇੰਦਿਆਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ 4-5 ਘੰਟੇ ਤੱਕ ਬਹਿਸਬਾਜ਼ੀ ਹੁੰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਤਾਂ ਜਿਹੜੇ ਸਿੱਖ ਜਥੇਬੰਦੀ ਦੇ ਮੈਂਬਰ ਆਏ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਧੱਕਾ ਜਿਹੜਾ ਸਿੱਖਾਂ ਦੇ ਨਾਲ ਹੁੰਦਾ ਆ ਰਿਹਾ ਇਹ ਸਰੂਪ ਸਿੰਘ ਖਾਲਸਾ ਜੀ ਦੀ ਮਰਜ਼ੀ ਹੈ ਕਿ ਉਹ ਛੁੱਟੀ ਤੋਂ ਬਾਅਦ ਘਰੇ ਜਾਣਾ ਚਾਹੁੰਦੇ ਨੇ ਜਾਂ ਫਿਰ ਸਾਡੇ ਨਾਲ ਮੋਰਚੇ ਦੇ ਵਿੱਚ ਜਾਣਾ ਚਾਹੁੰਦੇ ਨੇ ਲੇਕਿਨ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਉਹ ਸਾਡੇ ਨਾਲ ਮੋਰਚੇ ਵਿੱਚ ਜਾਣ ਲਈ ਤਿਆਰ ਨੇ ਅਤੇ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਵੀ ਮੌਕੇ 'ਤੇ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦਾ ਜਾਇਜ਼ਾ ਲਿਆ ਜਾਂਦਾ ਕਿ ਆਖਿਰ ਹਸਪਤਾਲ 'ਚ ਚੱਲ ਕੀ ਰਿਹਾ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਵੇਂ ਹੀ ਫਿਟਨੈਸ ਸਰਟੀਫਿਕੇਟ ਦੇ ਦਿੱਤਾ ਜਾਵੇਗਾ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਇਲਾਜ ਨੂੰ ਕੋਈ ਅਣਗਹਿਲੀ ਨਹੀਂ ਕੀਤੀ ਜਾਵੇਗੀ ਅਤੇ ਜਿਸ ਤੋਂ ਬਾਅਦ ਉਹ ਵਾਪਸ ਹਸਪਤਾਲ ਤੋਂ ਛੁੱਟੀ ਲੈ ਕੇ ਜਾ ਸਕਦੇ ਲੁਧਿਆਣਾ ਤੋਂ ਅਰੁਣ ਦੀ ਰਿਪੋਰਟ ਤੇਰੇ ਆ ਬੰਦੇ ਆ ਰਹੇ ਆ ਬੰਦੇ ਅਸੀਂ ਅੱਜ ਇਹਨੂੰ ਲੈ ਕੇ ਜਾਣਾ ਇੱਥੋਂ ਭਾਵੇਂ ਸਾਨੂੰ ਧੱਕਾ ਕਰਨਾ ਪਵੇ ਕੁਛ ਕਰਨਾ ਪਵੇ ਅਸੀਂ ਚੱਕ ਕੇ ਲੈ ਜਾਣਾ ਆਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਲੱਗਦਾ ਜਾਓਗੇ ਅੰਦਰ ਹਾਂ ਅਸੀਂ ਜਾਵਾਂਗੇ ਹੁਣੇ ਜਾਣਾ ਅਸੀਂ ਹਾਂ ਤੁਸੀਂ ਪਹਿਲਾਂ ਅੰਦਰ ਸੀਗੇ ਕਿ ਹੁਣੇ ਆਏ ਹੋ ਪਹਿਲਾਂ ਉੱਥੇ ਅੰਦਰ ਸੀਗੇ ਅੰਦਰ ਹੋਰ ਕਿੰਨੇ ਕੁ ਸਿੰਘ ਮੌਜੂਦ ਨੇ ਬੈਠੇ ਅੰਦਰ ਮੱਛੇ ਬਾਪੂ ਜੀ ਦੇ ਕੋਲੇ ਬੈਠੇ ਆ ਅੱਛਾ ਹਾਂ ਗੁਰਜੰਤ ਸਿੰਘ ਖਾਲਸਾ ਬਾਪੂ ਸੂਰਤ ਸਿੰਘ ਜਿਹੜੇ ਆ ਉਹ ਕਾਫੀ ਸਾਲਾਂ ਤੋਂ ਇੱਥੇ ਦਾਖਲ ਸੀ ਅਤੇ ਅੱਜ ਜਿਹੜਾ ਉਹਨਾਂ ਦੀ ਕੁਛ ਜਾਣੇ ਉਹਨਾਂ ਨੂੰ ਬਾਪੂ ਜੀ ਨੂੰ ਲਿਜਾਣਾ ਚਾਹੁੰਦੇ ਸੀ ਇਸ ਲਈ ਉਹ ਡਾਕਟਰ ਕੱਲ੍ਹ ਨੂੰ ਵੀ ਚੈੱਕ ਕਰਨਗੇ ਉਹ ਚੈੱਕ ਕਰਨ ਤੋਂ ਬਾਅਦ ਜਿਵੇਂ ਹੀ ਡਾਕਟਰ ਉਹ ਕਹਿਣਗੇ ਫਿੱਟ ਹੈ ਅਤੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹਨਾਂ ਨੂੰ ਕੋਈ ਰੋਕਿਆ ਨਹੀਂ ਅਤੇ ਉਹ ਇਸ ਗੱਲ 'ਤੇ ਸਹਿਮਤ ਹੋਏ ਸਾਡੇ 'ਤੇ ਟਰੱਸਟ ਵੀ ਕੀਤਾ ਵੀ ਇਹ ਜਿਹੜੀ ਕੋਈ ਐਡਮਿਨਿਸਟ੍ਰੇਸ਼ਨ ਰੋਕ ਬਣੀ ਰਹੀ ਸੱਚਮੁੱਚ ਹੀ ਪ੍ਰੋਸੀਜਰ ਚੱਲ ਰਿਹਾ
ਨਹੀਂ ਕੋਈ ਕੋਈ ਨਹੀਂ ਜੀ ਉਹ ਸਾਰੇ ਜਾਣੇ ਆ ਕੇ ਉੱਥੇ ਪਾਸੇ ਬੈਠ ਗਏ ਦੇ ਆਰ ਵੇਟਿੰਗ ਉਸ ਕੱਲ ਨੂੰ ਕਿਉਂਕਿ ਉਹ ਕਹਿੰਦੇ ਵੀ ਡਾਕਟਰ ਦੀ ਜਦੋਂ ਟੀਮ ਦੀ ਅਸੀਂ ਵੀ ਧੱਕਾ ਕਿਉਂਕਿ ਦੇਖੋ ਪਹਿਲਾਂ ਪੁਲਿਸ ਦਾ ਕੰਸਰਨ ਨਹੀਂ ਹੈਗਾ ਐਡਮਿਨਿਸਟ੍ਰੇਸ਼ਨ ਦਾ ਕੰਸਰਨ ਵੀ ਬਾਪੂ ਜੀ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਇੱਕ ਬਜ਼ੁਰਗ ਆਦਮੀ 90 ਸਾਲ ਦਾ ਜਿਹੜੇ ਇੰਨੇ ਸਾਲਾਂ ਤੋਂ ਹਸਪੀਟਲ ਦੇ ਵਿੱਚ ਪਿਆ ਹੋਇਆ ਜੇ ਉਹ ਉਹਨੂੰ ਬਾਹਰ ਵੀ ਜਾਣਾ ਚਾਹੁੰਦਾ ਹੈ ਤਾਂ ਉਹਦੀ ਇੱਕ ਡਾਕਟਰ ਵੱਲੋਂ ਅਸੀਂ ਲਿਖਾ ਕੇ ਲੈ ਲਈਏ ਕੱਲ੍ਹ ਨੂੰ ਸਾਡੇ 'ਤੇ ਕਿੰਤੂ ਪ੍ਰਿੰਤੂ ਨਾ ਕਰੇ ਕੋਈ ਵੀ ਤੁਸੀਂ ਜੀ ਉਹਨਾਂ ਨੂੰ ਜਿਹੜੀ ਸਿਹਤ ਖਰਾਬ ਸੀ ਅਤੇ ਫਿਰ ਐਡਮਿਨਿਸਟ੍ਰੇਸ਼ਨ ਨੇ 8 ਸਾਲ ਤੋਂ ਬੈਠਾ ਸੀ ਅਤੇ ਹੁਣ ਕਿਉਂ ਭੇਜਤਾ ਜੇ ਸਾਨੂੰ ਸਰਟੀਫਿਕੇਟ ਮਿਲ ਜੂਗਾ ਅਤੇ ਉਦੋਂ ਬਾਅਦ ਉਹ ਜਿੱਥੇ ਵੀ ਬਾਪੂ ਜੀ ਫ੍ਰੀ ਹੋਣਗੇ ਤਾਂ ਹੁਣ ਕੋਈ ਨਹੀਂ ਜੀ ਅੰਦਰ ਸਾਰੇ ਆ ਕੇ ਆਪਦੇ ਰਹਿਣਾ ਹਾਂਜੀ ਸਹਿਮਤ ਨਹੀਂ ਸਹਿਮਤੀ ਇਸੇ ਗੱਲ ਦੀ ਬਣੀ ਹੈ ਉਹਨਾਂ ਨੇ ਵੀ ਕਿਹਾ ਡਾਕਟਰ ਨੂੰ ਜਲਦੀ ਰਿਕੁਐਸਟ ਕਰੋ ਸਵੇਰੇ ਹੀ ਜਿਹੜੀ ਟੀਮ ਹੈ ਜਿਹੜੀ ਡਿਪਟੀ ਕਮਿਸ਼ਨਰ ਵੱਲੋਂ ਇੱਕ ਟੀਮ ਨੋਮੀਨੇਟ ਕੀਤੀ ਹੈ ਕੱਲ੍ਹ ਵੀ ਐਗਜ਼ਾਮਿਨ ਕਰਕੇ ਸਵੇਰੇ ਫਿਰ ਆਊਗੀ ਐਗਜ਼ਾਮਿਨ ਕਰਕੇ ਕੁਛ ਉਹਨਾਂ ਨੇ ਕਰਨਾ ਬਿਲਕੁਲ 100% ਪੀਸਫੁੱਲ ਹੈ ਜੀ ਅਤੇ ਅਸੀਂ ਦੁਆ ਕਰਦੇ ਹਾਂ ਪੀਸਫੁੱਲ ਰਹੇ ਕਿਉਂਕਿ ਡੀ ਐਮ ਸੀ ਦੇ ਵਿੱਚ ਬਹੁਤ ਸਾਰੇ ਹੈ ਜਿਹੜੇ ਦੁਖੀ ਪੇਸ਼ੈਂਟ ਇੱਥੇ ਜਿਹੜਾ ਮਾਹੌਲ ਕੋਈ ਵੀ ਅਫੋਰਡ ਨਹੀਂ ਕਰਦਾ ਪੰਜਾਬ ਦਾ ਰੈਫਰਲ ਹੋਸਪਿਟਲ ਹੈ ਇੱਥੇ ਕੋਈ ਆ ਕੇ ਆਪਾਂ ਕੋਈ ਮਰੀਜ਼ਾਂ ਦੇ ਵਿੱਚ ਕੋਈ ਉਹਨਾਂ ਦੀ ਹਾਹਾਕਾਰ ਬੱਚੇ ਕੋਈ ਵੀ ਬੰਦਾ ਨਹੀਂ ਚਾਹੁੰਦਾ ਵੀ ਦੁਖੀ ਬੰਦੇ ਹੈ ਇੱਥੇ ਹੋਸਪਿਟਲ ਦੇ ਵਿੱਚ ਆਏ ਕੋਈ ਬੰਦਾ ਇੱਥੇ ਖੁਸ਼ੀ ਨਾਲ ਨਹੀਂ ਆਇਆ ਹੋਇਆ ਸਾਰੇ ਮਜਬੂਰੀਆਂ ਅਤੇ ਬਿਮਾਰੀਆਂ ਬਸ ਆਏ ਨੇ ਇਸ ਗੱਲ ਦੀ ਵੀ ਰੀਜ਼ਨਿੰਗ ਅਸੀਂ ਕੀਤੀ ਹੈ ਅਸੀਂ ਵੀ ਚਾਹੁੰਦੇ ਵੀ ਹੋਸਪਿਟਲ ਦਾ ਕੋਈ ਮਾਹੌਲ ਖਰਾਬ ਹੋਵੇ ਅਤੇ ਕੋਈ ਵੀ ਬੰਦਾ ਈਵਨ ਪੰਥਕ ਧਿਰਾਂ ਅਤੇ ਹੋਰ ਧਿਰਾਂ ਵੀ ਨਹੀਂ ਉਹ ਚਾਹੁੰਦੀਆਂ ਹੈਗੀਆਂ ਅਸੀਂ ਇਸ ਗੱਲ ਦਾ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਉਹਨਾਂ ਨੇ ਸਮਝਿਆ ਇਸ ਗੱਲ ਨੂੰ ਵੀ ਇੱਥੇ ਪੇਸ਼ੈਂਟ ਜਿਹੜੇ ਦੁਖੀ ਹੋਏ ਆਏ ਆ ਅਤੇ ਇਸ ਕਰਕੇ ਦੁਖੀਆਂ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੀਦਾ ਜਿਵੇਂ ਨਹੀਂ ਦੇਖੋ ਜੀ ਬਾਕੀ ਮੈਂ ਲੰਮੀ ਚੌੜੀ ਗੱਲ ਨਹੀਂ ਕਰ ਸਕਦਾ ਪਰ ਮੇਰੇ ਨਾਲ ਜਿਹੜੀ ਅੱਜ ਗੱਲ ਹੋਈ ਹੈ ਬੜੇ ਸੂਖਮ ਮਾਹੌਲ ਦੇ ਵਿੱਚ ਗੱਲ ਹੋਈ ਹੈ ਉਹਨਾਂ ਨੇ ਇਸ ਗੱਲ ਦਾ ਟਰੱਸਟ ਵੀ ਕੀਤਾ ਉਹਨਾਂ ਨੂੰ ਦਿਖਾਏ ਕਾਗਜ਼ ਆ ਵੀ ਡਾਕਟਰ ਦੀ ਕਿਵੇਂ ਟੀਮ ਬਣੀ ਹੋਈ ਹੈ ਅਤੇ ਜਿਵੇਂ ਹੀ ਡਾਕਟਰ ਕਹਿਣਗੇ ਨਾਲ ਦੀ ਨਾਲ ਹੀ ਅਸੀਂ ਸਾਡੇ ਵੱਲੋਂ ਬਾਪੂ ਜੀ ਆਪਦੀ ਆਜ਼ਾਦ ਪੰਛੀ ਹੈ ਜਿੱਥੇ ਮਰਜ਼ੀ ਜਾਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹ ਇਹ ਸੀ ਕਿ ਬਾਪੂ ਸੂਰ ਸਿੰਘ ਜੋ ਪਿਛਲੇ ਲੰਬੇ ਤਕਰੀਬਨ 8-8.5 ਸਾਲ ਤੋਂ ਇੱਥੇ ਕੈਦ ਵਿੱਚ ਨੇ ਉਹਨਾਂ ਨੂੰ ਧੱਕੇ ਨਾਲ ਸਰਕਾਰਾਂ ਨੇ ਨਜ਼ਰਬੰਦ ਕੀਤਾ ਹੋਇਆ ਔਰ ਜਿਨ੍ਹਾਂ 'ਤੇ ਕੋਈ ਪਰਚਾ ਕੋਈ ਮੁਕੱਦਮਾ ਕੋਈ ਕੁਛ ਨਹੀਂ ਪਰ ਉਹਨਾਂ ਨੂੰ ਉਮਰ ਕੈਦ ਵਾਂਗੂ ਇੱਕ ਰੱਖਿਆ ਜਾ ਰਿਹਾ ਬੜੇ ਲੰਮੇ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਲੈ ਕੇ ਸੀ ਪੀ ਸਾਹਿਬ ਨੂੰ ਵੀ ਉਹਨਾਂ ਦੀਆਂ ਦਰਖਾਸਤਾਂ ਵਗੈਰਾ ਅਸੀਂ ਦਿੱਤੀਆਂ ਸੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਦਿੱਤੀਆਂ ਗਈਆਂ ਸੀ ਵੀ ਇਹਨਾਂ ਨੂੰ ਰਿਹਾਅ ਕੀਤਾ ਜਾਏ ਅਸੀਂ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਸੀਂ ਇਹਨਾਂ ਨੂੰ ਘਰ ਲਿਜਾਣਾ ਚਾਹੁੰਦੇ ਹਾਂ ਪਰ ਪ੍ਰਸ਼ਾਸਨ ਨੇ ਕੋਈ ਜ਼ਿਆਦਾ ਗੌਰ ਨਹੀਂ ਕੀਤੀ ਔਰ ਪਿਛਲੇ ਦਿਨੀ ਕੁਛ ਬੰਦੇ ਜਥੇਬੰਦੀਆਂ ਵਾਲੇ ਮਿਲੇ ਵੀ ਸੀ ਸਿੰਘ ਵੀ ਇਹਨਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਅੱਜ ਤੱਕ ਉਹਨਾਂ ਦਾ 8 ਵਜੇ ਤੱਕ ਦਾ ਸ਼ਾਮ ਤੱਕ ਦਾ ਟਾਈਮ ਸੀ ਉਹ ਟਾਈਮ ਪੂਰਾ ਹੋ ਗਿਆ ਤਾਂ ਕਰਕੇ ਉਹਨਾਂ ਨੂੰ ਅਸੀਂ ਲੈਣ ਵਾਸਤੇ ਆਏ ਸੀ ਬਾਪੂ ਜੀ ਨੂੰ ਸਰ ਤੁਸੀਂ ਨੀਚੇ ਵੀ ਲੈ ਆਏ ਸੀਗੇ ਹਾਂ ਲੈ ਆਏ ਨੀਚੇ ਲੈ ਆਏ ਸੀ ਚਲੋ ਪ੍ਰਸ਼ਾਸਨ ਨੇ ਨਹੀਂ ਜਾਣ ਦਿੱਤਾ ਕਿਉਂਕਿ ਪ੍ਰਸ਼ਾਸਨ ਹਮੇਸ਼ਾ ਹੀ ਧੱਕਾ ਕਰਦਾ ਆ ਬਟ ਕਾਫੀ ਲੰਬੇ ਸਮੇਂ ਤੋਂ ਧੱਕਾ ਕਰਦਾ ਆ ਰਿਹਾ ਹੈਗਾ ਅੱਜ ਵੀ ਉਹੀ ਨੀਤੀ ਹੈ ਪ੍ਰਸ਼ਾਸਨ ਦੀ ਕੋਈ ਏਡੀ ਗੱਲ ਨਹੀਂ ਹੈਗੀ ਸਰ ਕੱਲ੍ਹ 27 ਤਰੀਕ ਦਾ ਵੀ ਇੱਕ ਕਾਲ ਦਿੱਤੀ ਹੋਈ ਹੈ ਕਿ ਨਹੀਂ ਉਹ ਹੁਣ ਦੇਖੋ 27 ਵਾਲਾ ਧਰਨਾ ਜਦੋਂ ਸ਼ੁਰੂ ਹੋ ਗਿਆ ਅੰਦਰ ਬੈਠੇ ਆ 10 ਬੰਦੇ ਉਹ ਪੱਕੇ ਬੈਠੇ ਰਹਿਣਗੇ 10 ਬੰਦੇ ਤੇ ਕਿਹਾ ਜਾ ਰਿਹਾ ਜੀ ਕਿ ਇੱਕ ਮੈਡੀਕਲ ਹੋਊਗਾ ਫਿਰ ਉਸ ਤੋਂ ਬਾਅਦ ਆ ਉਹ ਕਹਿੰਦੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ 1-2 ਦਿਨ ਵਿੱਚ ਰਿਲੀਵ ਕਰ ਦਾਂਗੇ ਉਹ ਕਮਿਸ਼ਨਰ ਸਾਹਿਬ ਨੇ ਔਰ ਵੱਡੇ ਵੱਡੇ ਅਫਸਰ ਜੋ ਆਏ ਸੀ ਉਹਨਾਂ ਨੇ ਕਿਹਾ ਵੀ ਅਸੀਂ ਰਿਲੀਵ ਕਰ ਦਾਂਗੇ ਵਿਸ਼ਵਾਸ ਕੀ ਦਿਵਾਇਆ ਉਹਨਾਂ ਨੇ ਕਿਹਾ ਅਸੀਂ ਬਾਪੂ ਸੂਰ ਸਿੰਘ ਨਾਲ ਰਿਲੀਵ ਕਰਨ ਲਈ ਅਸੀਂ ਸਹਿਮਤ ਹਾਂ ਸਾਨੂੰ ਇੱਕ ਵਾਰੀ ਡਾਕਟਰੀ ਜਿਹੜੀ ਇਹਨਾਂ ਦਾ ਕੱਲ ਨੂੰ ਕਰਾ ਲੈਣ ਦੋ ਅਸੀਂ ਰਿਲੀਵ ਕਰ ਦਾਂਗੇ ਬਾਪੂ ਜੀ ਜਾਣ ਲਈ ਸਹਿਮਤ ਸੀ ਹਾਂ ਹਾਂ ਬਾਪੂ ਜੀ ਸਹਿਮਤ ਸੀਗੇ ਬਾਪੂ ਜੀ ਆਪ ਹੀ ਆਏ ਸੀਗੇ ਸਿਹਤ ਦੀ ਗੱਲ ਕਰੀਏ ਸਿਹਤ ਕਿੱਦਾਂ ਉਹਨਾਂ ਦੀ ਸਿਹਤ ਠੀਕ ਆ ਕੋਈ ਇਦਾਂ ਦੀ ਗੱਲ ਨਹੀਂ ਜਾ ਰਹੇ ਨਾ ਕਿ ਉਹ ਆਪ ਵੀ ਕਹਿ ਰਹੇ ਆ ਕਿ ਇੱਕ ਵਾਰੀ ਟੈਸਟ ਹੋ ਜਾਣਾ ਚਾਹੀਦਾ ਨਹੀਂ ਨਹੀਂ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਕਿਹਾ ਮੈਂ ਜਾਣਾ ਚਾਹੁੰਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਦੱਬ ਕੇ ਕਿਹਾ ਤੁਸੀਂ ਮੈਨੂੰ ਧੱਕਾ ਕਰ ਰਹੇ ਹੋ ਮੇਰੇ ਨਾਲ ਤੁਸੀਂ ਮੈਨੂੰ ਜੇਲ੍ਹ 'ਚ ਬੰਦੀ ਬਣਾ ਕੇ ਰੱਖਿਆ ਮੈਂ ਜਾਣਾ ਚਾਹੁੰਦਾ ਉਹਨਾਂ ਨੇ ਇਹ ਤਾਂ ਐਵੇਂ ਪ੍ਰਸ਼ਾਸਨ ਗੱਲਾਂ ਕਈ ਵਾਰੀ ਪੁੱਠੀਆਂ ਸਿੱਧੀਆਂ ਕਰ ਜਾਂਦੇ ਨੇ ਪਰ ਉਹਨਾਂ ਨੇ ਨਹੀਂ ਕਿਹਾ ਮਤਲਬ ਕੱਲ੍ਹ ਰਿਪੋਰਟ ਆਜੂਗੀ ਫਿਰ ਤੁਸੀਂ ਲੈ ਜਾਓਗੇ ਨਾ ਹਾਂ ਫਿਰ ਉਹ ਦੇਖੋ ਦੇਖੋ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਉਹ ਕੀ ਅੱਗੇ ਕਰਦੇ ਨਾ ਉਹ ਬਾਅਦ ਦੀਆਂ ਗੱਲਾਂ ਨੇ ਹਾਂ ਮਤਲਬ ਰਿਪੋਰਟ ਆਉਣ ਤੋਂ ਬਾਅਦ ਫਿਟਨੈਸ ਹੋਣ ਤੋਂ ਬਾਅਦ ਤੁਹਾਡੇ ਨਾਲ ਉਹ ਇਨਸਾਨ ਤੋਂ ਦੇਖੋ ਅਸੀਂ ਉਹ ਆਪਣੇ ਪਰਿਵਾਰ 'ਚ ਵੀ ਜਾ ਸਕਦੇ ਆ ਘਰ ਵੀ ਜਾ ਸਕਦੇ ਆ ਜੋ ਉਹਨਾਂ ਦੀ ਇੱਛਾ ਹੋਊਗੀ ਉਹ ਇਨਸਾਫ ਮੋਰਚੇ 'ਚ ਕਮੇਟੀ ਕਹਿੰਦੇ ਬਣਾਈ ਗਈ ਹੈ ਰਿਪੋਰਟ ਲੈਣ ਦੇ ਲਈ ਕਿੱਦਾਂ ਡਾਕਟਰਾਂ ਦੀ ਕੋਈ ਡਾਕਟਰਾਂ ਦੀ ਉਹ ਕਹਿੰਦੇ ਪਹਿਲਾਂ ਦੀ ਬਣੀ ਹੋਈ ਆ ਉਹ ਕੱਲ੍ਹ ਨੂੰ ਆ ਕੇ ਚੈੱਕਅਪ ਕਰਨਗੇ ਉਹਨਾਂ ਦੀ ਗੱਲ ਮਤਲਬ ਮਕਸਦ ਇਹ ਹੈ ਕਿ ਬਾਪੂ ਜੀ ਘਰ ਜਾਣ ਜਾਂ ਮੋਰਚੇ ਜਾਣ ਇਸ ਹਸਪਤਾਲ ਤੋਂ ਬਾਹਰ ਜਾਣ ਬਿਲਕੁਲ ਉਹਨਾਂ ਦੀ ਕੋਈ ਕੇਸ ਹੈ ਉਹਨੂੰ ਕੀ ਪ੍ਰੋਬਲਮ ਆ ਉਹ ਡਾਕਟਰਾਂ ਕੋਲ ਕਿਉਂ ਰਹਿਣਗੇ ਉਹ ਇੱਕ ਗੱਲ ਦੂਜੇ ਨੰਬਰ ਤੇ ਪੁਲਿਸ ਨੇ ਉਹਨੂੰ ਨਜ਼ਰਬੰਦ ਕੀਤਾ 8 ਸਾਲਾਂ ਤੋਂ ਕਿਉਂ ਕੀਤਾ ਹੋਇਆ 57 ਤਾਂ ਉਹਨਾਂ ਦੇ ਪਰਚਾ ਨਹੀਂ ਹੈਗਾ ਕਿਉਂ ਇਹ ਚੀਜ਼ ਇਹ ਥੇ ਵੀ ਜਿਹੜੀ ਇਸ ਖੇਤਰ ਦੇ ਵਿੱਚ ਸਿੱਖਾਂ ਨਾਲ ਜਿਹੜੀਆਂ ਹਮੇਸ਼ਾ ਹੀ ਬੇਇਨਸਾਫੀਆਂ ਹੁੰਦੀਆਂ ਜਾਂ ਧੱਕੇ ਹੁੰਦੇ ਆ ਉਹ ਕਰੀ ਜਾਂਦੇ ਨੇ ਉਹ ਔਰੰਗਜ਼ੇਬ ਬਾਦਸ਼ਾਹ ਦੇ ਰਾਜ ਤੋਂ ਲੈ ਕੇ ਚੱਲਦੀਆਂ ਆਈਆਂ ਅੱਜ ਵੀ ਸਰਕਾਰਾਂ ਉਸੇ ਰਾਹ 'ਤੇ ਚੱਲਦੀਆਂ ਆਈਆਂ ਨੇ